राजपुरा दी स्थानक लक्कड़ मंडी स्थित सोडा ते मिनरल वाटर बनाने वाली आनंद बेवरेजेस नामक फैक्ट्री खिलाफ पंजाब प्रदूषण कंट्रोल विभाग वालों वातावरण नूं नुकसान पहुंचाने दे दोषां अधीन वड्डा जुर्माना लगाया गया है। जुर्माने की रकम 1 करोड़ है। सूत्रों तो मिली जानकारी अनुसार राजपुरा स्थित इस सोडा फैक्ट्री राजपुरा तो भाजपा हलका इंचार्ज जगदीश जग्गा की दसी जा रही है। बीती 12 दिसंबर नूं हुई सी फैक्ट्री की जांच, जिस तो बाद एक्शन लेंदिया विभाग वालों जुर्माना लाया गया। जनहितैषी, टीआरपी नहीं खरीदते, भरोसा जीते हैं हम। उस तो बाद लगनगियां ग्राउंड वाटर दिया ਤੇ ਉਹ ਜਿਹੜੇ ਹਾਲ ਦੀ ਕੜੀ ਨਹੀਂ ਹੈ ਨਹੀਂ ਉਹਦਾ ਰੀਜ਼ਨ ਹੈ ਨਾ ਭਾਜੀ ਅਗਰ ਕਿਉਂਕਿ ਪਹਿਲੇ ਅਸੀਂ ਅਪਲਾਈ ਕੀਤਾ ਸੀ ਜਦ ਤੱਕ ਉਹਨਾਂ ਤੋਂ ਪਰਮਿਸ਼ਨ ਨਹੀਂ ਹੈ ਉਹ ਮਿਲੀ ਨਹੀਂ 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 ਸਾਈਨ ਫੋਰ ਦੀ ਅਸੀਂ ਅਪਲਾਈ ਕੀਤੀ ਹੋਈ ਹੈ ਪਹਿਲੇ ਆਲਰੇਡੀ ਜਦ ਤੱਕ ਉਹਨਾਂ ਸੈਂਕਸ਼ਨ ਨਹੀਂ ਮਿਲੀ ਇਸ ਚੀਜ਼ ਤੁਸੀਂ ਉਸ ਚੀਜ਼ ਨੂੰ ਐਕਸਟ੍ਰੈਕਟ ਕਿਵੇਂ ਕਰ ਸਕਦੇ ਨਹੀਂ ਨਹੀਂ ਗੱਲ ਸਰਦੇ ਸਰ ਮੈਂ ਇਹ ਕਹਿ ਰਿਹਾ ਕਿ ਜਿਹੜੀ ਸਾਡੇ ਕੋਲੋਂ ਪਰਮਿਸ਼ਨਾਂ ਪਹਿਲੇ ਅਸੀਂ ਇਹਨੂੰ ਅਪਲਾਈ ਕੀਤਾ ਹੈ ਸਾਈਨ ਫੋਰ ਤੋਂ ਅਪਲਾਈ ਕੀਤਾ ਹੈ ਸੀ ਤਾਂ ਉਹ ਸੈਂਟਰ ਵਿੱਚ ਕੀਤਾ ਹੋਇਆ ਸੀ ਅਸੀਂ ਲੇਕਿਨ ਉਹ ਸਾਡੀ ਫਾਈਲ ਹੈਗੀ ਬਣੀ ਹੋਈ ਮੁੰਡਾ ਆ ਰਿਹਾ ਤੁਹਾਨੂੰ ਦਿਖਾ ਦਿੰਦਾ ਆਪਾਂ ਠੀਕ ਹੈ ਨਾ ਉਸ ਤੋਂ ਬਾਅਦ ਉਹਨਾਂ ਨੇ ਕੋਈ ਸੈਂਟਰ ਤੋਂ ਉਹਨਾਂ ਨੇ ਕਿਹਾ ਵੀ ਹੁਣ ਸਟੇਟ ਦੇ ਚੱਲ ਸਟੇਟ ਵਾਲਿਆਂ ਨੂੰ ਅਸੀਂ ਕਿਹਾ ਵੀ ਹੈ ਨਾ ਸਟੇਟ ਵਾਲਿਆਂ ਨੇ ਸਾਨੂੰ ਕਿਹਾ ਕਿ ਸਾਡੀ ਹੁਣ ਪੋਲਿਊਸ਼ਨ ਦੀ ਜਿਹੜੀ ਉਹ ਹੁਣ ਖਤਮ ਹੋਣ ਵਾਲੀ ਸੀ ਉਹ ਕਹਿੰਦੇ ਪਹਿਲੇ ਇਹਨੂੰ ਰਿਨਿਊ ਕਰਾ ਲਓ ਤੁਸੀਂ ਪਰ ਵੀ ਨਹੀਂ ਕਰ ਲਈ ਤੁਹਾਨੂੰ ਸਹੀ ਦੱਸਾਂ ਉਹਨਾਂ ਨੇ ਰਿਨਿਊ ਕਰਾਉਣ ਤੋਂ ਬਾਅਦ ਤੁਸੀਂ ਸਾਡੀ ਕੰਸੈਂਟ ਆ ਸਾਡੇ ਕੋਲ ਲੈ ਆਇਓ ਅਸੀਂ ਉਹਨੂੰ ਕਰੋ ਮੈਂ ਤੁਹਾਨੂੰ ਪੂਰਾ ਮਸਲਾ ਸਮਝਾਉਂਦਾ ਤੁਸੀਂ ਸਾਨੂੰ ਤੁਹਾਨੂੰ ਪਰਮਿਸ਼ਨ ਨੇ ਦੇ ਦਿੱਤੀ ਹੈਗੀ ਹੈ ਠੀਕ ਹੈ ਜੀ ਬਟ ਮੇਰਾ ਜੋ ਕਹਿਣਾ ਸਵਾਲ ਇਹ ਹੈ ਕਿ ਤੁਸੀਂ ਮੇਰਾ ਕੰਸੈਂਟ ਤੁਹਾਨੂੰ ਕੰਸੈਂਟ ਦੇ ਦਿੱਤੀ ਇਹਨਾਂ ਨੇ ਤੁਸੀਂ ਐਗਜ਼ੀਕਿਊਸ਼ਨ ਜਦੋਂ ਕਰਾਉਣੀ ਸੀਗੀ ਠੀਕ ਹੈ ਤੁਹਾਨੂੰ ਐਗਜ਼ੀਕਿਊਸ਼ਨ ਤੇ ਅਪਲਾਈ ਕੀਤੀ ਹੋਈ ਹੈ ਅਪਲਾਈ ਕੀਤੀ ਹੋਈ ਸੀ ਪਹਿਲੇ ਕੀਤੀ ਸੀ ਤੁਹਾਨੂੰ ਦਿਖਾ ਦਿੰਦੇ ਅਪਲਾਈ ਕੀਤੀ ਹੋਈ ਸੀ ਮੈਂ ਤੁਹਾਨੂੰ ਅਪਲਾਈ ਹੋਣ ਦੇਣ ਤੋਂ ਬਾਅਦ ਤੁਹਾਨੂੰ ਪਰਮਿਸ਼ਨ ਦੇਣੀ ਸੀਗੀ ਡਿਪਾਰਟਮੈਂਟ ਨੇ ਜਿਹੜੀ ਡਿਪਾਰਟਮੈਂਟ ਨਵੀਂ ਅਸੀਂ ਅਪਲਾਈ ਕਰਨੀ ਸੀ ਜਿਹਨਾਂ ਨੇ ਜਿਹੜੀ ਚੱਲ ਰਹੀ ਸੀ ਤੁਸੀਂ ਸਾਰਾ ਕੁਛ ਕੀ ਪ੍ਰੋਸੈਸ ਸੀਗਾ ਜਦ ਤੱਕ ਤੁਹਾਨੂੰ ਪਰਮਿਸ਼ਨ ਨਹੀਂ ਦਿੱਤੀ ਕੰਸਰਨ ਡਿਪਾਰਟਮੈਂਟ ਨੇ ਉਦੋਂ ਤੱਕ ਤੁਸੀਂ ਇਹਨੂੰ ਐਗਜ਼ੀਕਿਊਟ ਨਹੀਂ ਕਰ ਸਕਦੇ ਉਦੋਂ ਤੱਕ ਤੁਸੀਂ ਨਹੀਂ ਕਰ ਸਕਦੇ ਇਨ ਕੇਸ ਕਰ ਲਓ ਡਿਪਾਰਟਮੈਂਟ ਨੂੰ ਜੁਨੀ ਦਿੰਦਾ ਫਿਰ ਨਹੀਂ ਇਹਦਾ ਤਾਂ ਅੱਜ ਕੱਲ੍ਹ ਚਾਰ ਚੀਜ਼ ਨੇ ਭਾਜੀ ਇਹਦਾ ਮੈਂ ਤੁਹਾਨੂੰ ਦੱਸਦਾ ਸਾਡੇ ਜ਼ਿਆਦਾ ਕਿ ਜ਼ਿਆਦਾ ਕੀ ਕਰਨਗੇ ਉਹ ਕਹਿਣਗੇ ਤੁਸੀਂ ਇੰਨਾ ਪਾਣੀ ਕੱਢਿਆ ਉਹ ਵੀ ਪੈਸੇ ਨਾਲ ਬੱਚੇ ਸਾਨੂੰ ਪਾਣੀ ਵੀ ਉਹ ਦੇ ਦਿਓ ਹੁਣ